ਥੋੜੇ ਤਿੰਨੇ ਬਰਾਬਰ ਕਰੀ ਉੱਪਰ ਕਰ, ਉੱਪਰ ਕਰ ਲਓ ਥੋੜੇ ਬਾਅਦ। ਹਾਂਜੀ ਮੈਡਮ, ਕੀ ਨਾਮ ਆ ਤੁਹਾਡਾ, ਕੀ ਕਹਿਣਾ ਚਾਹੋਗੇ? ਜਿਹੜਾ ਇਹ ਧਰਨਾ ਲਾਇਆ, ਕੀ ਮੇਨ ਮੋਟਿਵ ਕੀ ਹੈ ਇਹਦਾ? ਧਰਨਾ ਮੋਟਿਵ ਨਹੀਂ ਸੀ, ਇਹ ਮੋਟਿਵ ਨਾ ਕੋ ਸਾਨੂੰ, ਇਹ ਕੰਪੇਨ ਖਤਮ ਕਰਕੇ ਆ ਰਹੇ ਤੇ ਕੰਪੇਨ ਖਤਮ ਕਰਕੇ ਮੀਟਿੰਗਾਂ, ਲਾਸਟ ਮੀਟਿੰਗਾਂ ਬਠਿੰਡਾ ਦੀਆਂ, ਤੁਸੀਂ ਘਰ ਨੂੰ ਵਾਪਸ ਜਾ ਰਹੇ। ਮਤਲਬ ਇੱਥੇ ਅਸੀਂ ਆ ਰੋਡ ਕ੍ਰੋਸ ਕਰਦੇ ਹਾਂ ਤੇ ਸਾਹਮਣੇ ਇਹਦੇ ਖੱਬੇ ਹੱਥ ਠੀਕਾ ਹੈ ਤੇ ਜਿਹੜਾ ਕਿ ਰਾਤ ਦੇ 10:30 to 11 ਦਾ ਟਾਈਮ ਹੋਇਆ ਤਾਂ ਉਹਦੇ ਵਿੱਚ ਹੁੰਦਾ ਹੈ। ਅਤੇ ਅੱਜ ਦੀ ਗੱਲ ਨਹੀਂ, ਇਹ ਤੋਂ ਪਹਿਲਾਂ ਵੀ ਮੈਂ 2 ਵਾਰੀ ਕੰਪਲੇਂਟ ਕੀਤੀ, ਗੱਡੀਆਂ ਦੇ ਨੰਬਰ ਵੀ ਭੇਜੇ, ਗੱਡੀਆਂ ਦੀਆਂ ਫੋਟੋਆਂ ਖਿੱਚ ਕੇ ਵੀ ਭੇਜੀਆਂ ਨੇ, ਪਿੱਛੇ ਕਾਂਗਰਸੀਆਂ ਦੇ ਸਟਿੱਕਰ ਲੱਗੇ, ਇੱਥੋਂ ਤੱਕ ਭੇਜਿਆ। ਸੋ ਕਿਹਦੀ ਜ਼ਿੰਮੇਵਾਰੀ ਫਿਕਸ ਹੁੰਦੀ ਹੈ? ਮਤਲਬ ਇੱਥੋਂ ਅਸੀਂ ਕੰਪੇਨ ਵਾਪਸ ਘਰ ਨੂੰ ਜਾ ਰਹੇ ਹਾਂ ਅਤੇ ਗੱਡੀ ਮੂਹਰੇ ਆ ਕੇ, ਸਰਕਾਰੀ ਗੱਡੀ ਮੂਹਰੇ ਮੋਟਰਸਾਈਕਲ ਲਾ ਕੇ, ਅਤੇ ਜਦੋਂ ਨੂੰ ਸਿਕਿਉਰਿਟੀ ਗਾਰਡ, ਉਹਨਾਂ ਦੀ ਜ਼ਿੰਮੇਵਾਰੀ ਆ ਕਿ ਪ੍ਰੋਪਰ ਜਿਹੜੀ ਹੈ ਸਿਕਿਉਰਿਟੀ ਕਰ ਲੈਣ, ਅਤੇ ਉਹਨਾਂ ਦੇ ਥੱਪੜ ਮਾਰਦੇ ਉਹਨਾਂ ਦੇ ਹੱਥ ਪਤਾਈ ਹੁੰਦੇ ਆ, ਅਤੇ ਜਦੋਂ ਉਦੋਂ ਬਾਅਦ ਦੇ ਵਿੱਚ ਮੇਰੀ ਗੱਡੀ ਨਾਲ ਹੀ ਹੁੰਦੀ ਹੈ ਪਿੱਛੇ, ਅਤੇ ਮੇਰੀ ਗੱਡੀ ਨੂੰ ਘੇਰਨਾ, ਮੇਰੀ ਗੱਡੀ 'ਤੇ ਚੜ੍ਹ ਕੇ ਨੱਚਣ ਲੱਗ ਜਾਂਦੇ, ਉਹਦੇ ਸ਼ੀਸ਼ੇ ਭੰਨ ਦਿੰਦੇ, ਕਿਹਦੀ ਜ਼ਿੰਮੇਵਾਰੀ? ਬਿਲਕੁਲ, ਇੰਨਾ ਮਜਬੂਰ ਕੀਤਾ ਮੈਨੂੰ ਵੀ ਮੇਰੀ ਗੱਡੀ ਦੇ ਸ਼ੀਸ਼ੇ ਭੰਨ, ਮੇਰੀਆਂ ਤਾਕੀਆਂ ਖੋਲ, ਵੀ ਮੈਨੂੰ ਬਸ ਇੱਕ ਮਤਲਬ ਥੱਲੇ ਨਹੀਂ ਸੁੱਟਿਆ, ਕਸਰ ਕੋਈ ਨਹੀਂ ਛੱਡੀ। ਪੋਲੀਟੀਕਲ ਬੰਦਾ ਮਤਲਬ ਅੰਡਰਸਟੂਡ ਆ ਕਿ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਪੋਲੀਟੀਕਲ ਮੋਟਿਵ ਨਹੀਂ ਤਾਂ ਹੋਰ ਕੀ ਹੋਣਾ। ਆ ਫੋਟੋਆਂ ਪਹਿਲਾਂ ਵੀ ਸੁਰੱਖਿਆ ਦੇ, ਜਿਹੜੇ ਤੁਸੀਂ ਇੰਤਜ਼ਾਮ ਦੀ ਗੱਲ ਕਰਦੇ ਹੋ, ਜਿਹੜੀ ਪੰਜਾਬ ਸਰਕਾਰ ਦੀ ਸੁਰੱਖਿਆ ਤਾਂ ਜਾਵੇ ਪਹਾੜ 'ਚ। ਪਹਿਲੀ ਗੱਲ ਤਾਂ ਜਿਹੜਾ ਇੱਥੇ ਜਿਹੜੇ ਠੇਕੇ ਆ ਉਹਨਾਂ ਦਾ ਕੀ ਮਕਸਦ ਵੀ ਉਹ ਰਾਤ ਨੂੰ 11 ਵਜੇ ਤੱਕ ਮੋਡ ਆਫ ਕੰਡਕਟ ਦੇ ਵਿੱਚ ਰਾਤ ਠੇਕੇ ਖੁੱਲੇ ਹੋਣ। ਆ ਫੋਟੋਆਂ ਦੇਖ ਰਹੇ, ਆ ਫੋਟੋਆਂ ਮੈਂ ਪਹਿਲਾਂ ਵੀ ਗੱਡੀ ਦੀਆਂ ਭੇਜੀਆਂ ਹੋਈਆਂ ਨੇ, ਜਿਹੜੀਆਂ ਗੱਡੀਆਂ ਸਾਨੂੰ ਲਗਾਤਾਰ ਪਿੱਛੇ ਕਾਂਗਰਸੀਆਂ ਦੇ ਸਟicker ਲੱਗੇ, ਸਾਡੇ ਕਾਫਲਿਆਂ ਦੇ ਵਿੱਚ ਆ ਕੇ ਵੜਦੀਆਂ ਨੇ, ਜਾਣ ਬੁੱਝ ਕੇ ਸਾਡੀਆਂ ਗੱਡੀਆਂ ਨੂੰ ਇਹ ਟੱਕਰਾਂ ਮਾਰਦੀਆਂ ਨੇ। ਅੱਜ ਨਹੀਂ, ਇਹ ਤੋਂ ਪਹਿਲਾਂ 2 ਵਾਰੀ ਕੰਪਲੇਂਟ ਕੀਤੀ। ਜਿਹੜੀ ਪਾਰਟੀ ਦੇ ਦੇਖੋ, ਇਹਦੇ ਪਿੱਛੇ ਤਾਂ ਜਿਹੜੀ ਆਹ ਫੋਟੋਆਂ ਨੇ, ਇਹਦੇ ਪਿੱਛੇ ਕਾਂਗਰਸੀਆਂ ਦੇ ਸਟicker, ਕਦੇ ਬਿਨਾਂ ਸਟickerਾਂ ਤੋਂ ਗੱਡੀਆਂ ਚੱਲਦੀਆਂ ਨੇ। ਮਤਲਬ ਇਹ ਕੀ ਮਕਸਦ ਹੋਇਆ ਕਿ ਜੇ ਇੱਥੇ ਕਿਸੇ ਦਾ ਕੋਈ MLA ਆ, MLA ਦੀ ਕੋਈ ਤਾਂ ਹੈਗੀ ਹੈ ਕਿ ਕੁਝ ਹੈ ਹੀ ਨਹੀਂ, ਐਵੇਂ ਤੁਰਿਆ ਫਿਰਦਾ ਸੜਕਾਂ ਤੇ। 1.5 ਲੱਖ ਲੋਕਾਂ ਨੇ ਚੁਣ ਕੇ ਭੇਜਿਆ, 1.5 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਆ, ਤੇ ਕਿੱਥੇ ਪ੍ਰੋਟੋਕਾਲ ਫੋਲੋ ਹੁੰਦੇ? ਇੱਥੇ 4-5 ਜਣੇ ਇੱਥੇ, ਮੈਨੂੰ ਇਹ ਦੱਸੋ, ਪ੍ਰਸ਼ਾਸਨ ਦੇ ਖੜੇ ਆ, ਉਹਨਾਂ ਨੂੰ ਮੈਂ ਚੀਕ ਚੀਕ ਕੇ ਮਰ ਗਈ, ਚਲਾ ਚਲਾ ਕੇ ਮਰ ਗਈ। ਮੈਂ ਕਿਹਾ ਵੀ ਇਹਨਾਂ ਨੂੰ ਫੜੋ, ਜਿਹਨਾਂ ਨੇ ਅੱਜ 15-20 ਜਣੇ ਜਿਹਨਾਂ ਨੇ ਗੱਡੀਆਂ ਘੇਰੀਆਂ ਨੇ, ਤੇ ਬਾਅਦ 'ਚ ਇੱਥੇ 100 ਜਣਾ ਹੁੱਲੜਬਾਜ਼ੀ ਇਕੱਠੀ ਹੋ ਜਾਂਦੀ ਹੈ, ਤੇ ਕੌਣ ਫਿਕਸ, ਕਿਹਦੀ ਰਿਸਪੋਨਸੀਬਿਲਟੀ ਹੈ? ਨਾ 1.5 ਘੰਟਾ ਹੋ ਗਿਆ, 2 ਘੰਟੇ ਬੈਠਿਆਂ ਨੂੰ, ਨਾ ਪ੍ਰਸ਼ਾਸਨ ਦਾ ਆਉਂਦਾ ਇੱਥੇ। ਸੋ ਇਹ ਜਿਹੜੇ ਆ ਠੇਕੇ ਪ੍ਰੋਪਰਲੀ ਬੰਦ ਹੋਣੇ ਚਾਹੀਦੇ ਆ, ਪੂਰੇ ਦਾ ਪੂਰਾ ਜਿਹੜਾ ਬਠਿੰਡਾ ਦਾ ਆ ਲੋਕ ਸਭਾ ਹਲਕੇ ਦਾ ਪ੍ਰਸ਼ਾਸਨ, ਉਹਦੀ ਬਦਲੀ ਹੋਣੀ ਚਾਹੀਦੀ ਹੈ। BSF ਦੇ ਅੰਡਰ ਤੇ CRP ਦੇ ਅੰਡਰ ਜਿਹੜੀਆਂ ਇਲੈਕਸ਼ਨ ਫੇਅਰ ਐਂਡ ਫਾਈਨ ਇਲੈਕਸ਼ਨ ਹੋਣਗੇ। ਮਤਲਬ ਹੁਣ ਸਾਫ ਦਿਸ ਰਿਹਾ ਵੀ ਅੱਜ ਜੇ ਆਮ ਆਦਮੀ ਪਾਰਟੀ ਦੀ ਆਵਾਜ਼ ਆ ਤਾਂ ਮਤਲਬ ਫੀਲਡ ਦੇ ਮੈਦਾਨ 'ਚ ਆਉਣ ਨਾ, ਆ ਗੁੰਡਾਗਰਦੀ ਕਰਕੇ ਇਲੈਕਸ਼ਨ ਨਹੀਂ ਕੋਈ ਜਿੱਤ ਸਕਦਾ। ਇਹ ਕਦੋਂ ਤੱਕ ਜਾਰੀ ਰਹੂਗਾ ਇਹ ਧਰਨਾ ਜਿਹੜਾ? ਦੇਖੋ, ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਇੱਥੇ ਬੈਠੇ, ਕਿਉਂਕਿ ਇਹ ਧਰਨੇ ਦਾ ਮਕਸਦ ਹੈ, ਇਹ ਜਿਹੜੀ ਗੁੰਡਾਗਰਦੀ ਹੈ ਉਹਦਾ ਜਵਾਬ। ਕੋਈ ਆਇਆ ਪ੍ਰਸ਼ਾਸਨ? ਕੋਈ ਨਹੀਂ ਆਇਆ ਜੀ ਹਜੇ ਤੱਕ। ਆਮ ਆਦਮੀ ਕੀ ਬਣੂਗਾ? ਯਾਰ ਤੁਸੀਂ ਧਰਨੇ